ਸਸੀਕਾਲ ਜੀ ਸਾਰਿਆਂ ਨੂੰ ਅਤੇ ਨਸਲ ਪਰ ਬਲੌਗ ਵੱਲੋਂ ਸਵਾਗਤ ਹੈ ਜੀ। ਜ ਆਪਾਂ ਲੱਗੇ ਹਾਂ ਕਣਕ ਵਢਾਉਣ, ਟਰੈਕਟਰ ਟਰਾਲੀ ਕਰ ਲਏ ਤਿਆਰ, ਪੱਲੀਆਂ ਪੁੱਲੀਆਂ ਲਾ ਲਈਆਂ ਜੀ ਟਰਾਲੀ ਨੂੰ, ਕੰਬਾਈਨ ਆ ਰਹੀ ਹੈ ਥੋੜ੍ਹੇ ਟਾਈਮ 'ਚ। ਕਰਦੇ ਹਾਂ, ਥੋੜ੍ਹਾ ਨੁਕਸਾਨ ਵੀ ਹੋਇਆ ਵਾ ਮੀਂਹ ਕਾਰਨ ਪਹਿਲਾਂ, ਵੈਸੇ ਗਿਰੀ ਗੁਰੀ ਤਾਂ ਹੈ ਨਹੀਂ ਜੀ ਕਣਕ ਐਤਕੀ ਕਿਸੇ ਦੀ ਵੀ, ਤਾਂ ਵੀ ਬਹੁਤ ਬਚਾਓ ਹੈ। ਬਾਕੀ ਲੋਕ ਕਹਿ ਰਹੇ ਆ ਮੀਆਂ ਦੇ ਕਾਰਨ ਥੋੜ੍ਹਾ ਝਾੜ ਘੱਟ ਹੈ, ਦੇਖਦੇ ਹਾਂ ਜੀ ਹੁਣ ਕਿਆ ਬਣਦਾ। ਆ ਰਹੀ ਹੈ ਕੰਬਾਈਨ, ਤੁਹਾਨੂੰ ਦਿਖਾਉਂਦੇ ਅੱਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਸਲਪੁਰ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ। ਲਓ ਜੀ ਅੱਜ ਆਪਣੇ ਕੰਬਾਈਨ ਲੱਗ ਗਈ ਜੀ, ਦੇਖਦੇ ਹਾਂ ਹੁਣ ਬਾਬੇ ਦੀ ਕਿਰਪਾ ਨਾਲ ਕਿਆ ਝਾੜ ਨਿਕਲਦਾ ਹੈ। ਤਾਂ ਤੁਹਾਨੂੰ ਥੋੜ੍ਹੀ ਜਿਹੀ ਪਾਣੀ ਦੀ ਦਾਲ ਸੀ, ਪਰ ਫਿਰ ਵੀ ਚਲੋ ਸੋਹਣੀ ਆ, ਦੇਖਦੇ ਹਾਂ ਜੋ ਮਹਾਰਾਜ ਨੇ ਦਿੱਤਾ। ਚੱਲਦੀ ਹੈ ਜੀ ਮਸ਼ੀਨ, ਛੇ ਕਿੱਲੇ ਵਧਾਉਣੇ ਜੀ ਅੱਜ, ਲੱਗ ਜੂਗਾ ਪਤਾ ਵੀ ਕਿਆ ਪੁੱਛਦਾ ਜੀ। ਹੁਣ ਸਰਕਾਰ ਕੰਬਾਈਨ ਹੈ ਜੀ, ਲਓ ਜੀ ਭਰ ਗਿਆ ਜੀ ਟੈਂਕ, ਅਤੇ ਆਹ ਲੱਗ ਗਈ ਜੀ ਟਰਾਲੀ 'ਚ ਬਹਿਣ। ਮਿਹਨਤ ਕਰੀ ਹੋਈ ਦਾ ਮਹਾਰਾਜ ਨੇ ਮੋੜਿਆ ਹੈ ਕਿ ਚਲੋ ਪਹਿਲਾਂ ਜੋ ਹੋਇਆ ਮੀਂਹ ਮੂੰਹ ਕਰ ਥੋੜ੍ਹਾ ਜਿਹਾ ਨੁਕਸਾਨ ਹੋਇਆ ਵੀ ਹੈ, ਅਤੇ ਪਿੱਛੇ 'ਤੇ ਆ ਕੇ ਚਲੋ ਵਧੀਆ ਰਿਹਾ, ਮੌਸਮ ਸਾਫ਼ ਰਿਹਾ ਹੈ ਕਿ ਕਣਕ ਤਕਰੀਬਨ ਸਭ ਦੀ ਖੜ੍ਹੀ ਹੋਆ, ਕੋਈ ਨੁਕਸਾਨ ਨਹੀਂ ਗਿਰੀ ਗੁਰੀ ਨਹੀਂ ਹੈਗੀ। ਅਤੇ ਲਓ ਜੀ ਟਰਾਲੀ 'ਚ ਪੈ ਗਿਆ ਜੀ, ਕੁੰਜੇ ਵੱਢ ਰਿਹਾ ਉਹ, ਫਿਰ ਇੱਦਾਂ ਨਾ ਕਸਰ ਨਹੀਂ ਲੱਗਦਾ ਕੁੰਜਿਆਂ 'ਤੇ, ਅਤੇ ਵੱਢ ਕੇ ਹੈੱਡਾਂ ਵਾਲੀ ਲੱਭੇ ਛੱਡਣੀ ਪੈਂਦੀ ਆ, ਇਸ ਕਰਕੇ ਅਤੇ ਨਹੀਂ ਇੱਦਾਂ ਹੀ ਰਹਿ ਜਾਂਦੀਆਂ ਗੱਲਾਂ। ਕਟਰ ਲੱਗਦਾ ਨਹੀਂ ਹੈਗਾ ਕੁੰਜਿਆਂ 'ਤੇ, ਸਾਈਡ 'ਤੇ ਰਹਿ ਜਾਂਦਾ। ਲਓ ਜੀ ਟੀਆ ਟੈਂਕ ਲੱਗਿਆ ਜੀ, ਭੈਣ ਸਵਾ 2 ਕਿੱਲੇ ਆਏ ਆਪਣੇ, 670 ਰੁਪਈਏ ਜੀ ਆ ਰਹੇ ਜੀ ਟੋਟਲ, 700 ਰੁਪਈਏ ਟੈਂਕ ਲੱਗ ਗਏ। ਚਾਚਾ ਸਰੋਂ ਵੱਢ ਰਿਹਾ ਬਸੀਣ, ਕਿੱਲੇ ਵੱਢ ਹੋ ਗਏ ਆਪਣੇ। ਗੱਡੀਆਂ ਥਾਰਾਂ ਦੇਖੋ, ਮੋਢੇ 'ਤੇ ਕਹੀ ਮੂੰਹ ਸਿਰ ਹੋਇਆ ਵਾ ਇੱਕ ਗਰਦ ਨਾਲ, ਬਹੁਤ ਮਾੜਾ ਹਾਲ ਹੈ। ਉਹੀ ਨਹੀਂ ਬੱਬੂ ਮਾਨ ਨੇ ਗਾਣਾ ਗਾਇਆ ਜੱਟ ਦੀ ਜੂਨ ਬੁਰੀ, ਤੜਫ ਤੜਫ ਮਰ ਜਾਣਾ। ਅਤੇ ਸਵੇਰੇ ਸਵੇਰੇ ਵਢਾਉਣ ਦਾ ਫਾਇਦਾ ਵੀ ਬਲ 'ਚੋਂ ਦਾਣਾ ਦਾਣਾ ਕੱਢ ਲਿਆ, ਅਤੇ ਬਲ ਉੱਦਾਂ ਹੀ ਹੈ, ਇਹ ਸਵੇਰੇ ਵਢਾਉਣ 'ਤੇ ਤੂੜੀ ਵੀ ਵੱਧ ਬਣੂਗੀ। ਅਤੇ ਦੇਖੋ ਲਾਣ ਫੂਸ ਵੀ ਜ਼ਿਆਦਾ ਨਿਕਲਦਾ, ਲਾਣ ਉੱਦਾਂ ਪਿਆ ਦੇਖਦਾ, ਹੋਰਾਂ ਨਾਲੋਂ ਤੂੜੀ ਵੀ ਜ਼ਿਆਦਾ ਬਣੂਗੀ। ਆਪਾਂ ਜਿਹੜੀ ਸ਼ਾਮ ਨੂੰ ਬਣਾਉਂਦੇ ਉਹਦੇ ਨਾਲ ਤੂੜੀ ਵੀ ਜ਼ਿਆਦਾ ਬਣਦੀ, ਦੁਪਹਿਰੇ ਨੂੰ ਤੂੜੀ ਘੱਟ ਬਣਦੀ ਹੈ ਕਿਉਂਕਿ ਫੂਸ ਘੱਟ ਨਿਕਲਦਾ, 8:30-9 ਵਜੇ ਵੀ ਘੱਟ ਹੋ ਜਾਂਦੀ ਹੈ। ਡਰਾਈਵਰ ਹੋਰ ਬਾਈ ਕਿਆ ਹਾਲ ਹੈ? ਠੀਕ ਆ ਜੀ, ਵਧੀਆ ਜੀ, ਚੜ੍ਹਦੀ ਕਲਾ ਚੱਲ ਪਿਆ ਸੀਜ਼ਨ ਪੂਰਾ? ਹਾਂਜੀ ਹਾਂਜੀ ਚੱਲ ਗਿਆ ਜੀ।
ਹੋਰ ਝਾੜ ਝੂੜ ਕਿਵੇਂ ਐਤਕੀ? ਝਾੜ ਤਾਂ ਵੀ ਠੀਕ ਠਾਕ ਹੀ ਆ, ਝਾੜ ਕਿਹੜਾ ਐਤੀ ਹੈਗਾ ਵਾ, ਉਹ ਮੀਆਂ ਨੇ ਲੈ ਲਿਆ। ਹਾਂ ਇਹ ਤਾਂ ਹੈ। ਆਪਣਾ ਕਿਹੜਾ ਸ਼ਹਿਰ ਆ? ਆਪਣਾ ਮੋਗਾ ਇਲਾਕਾ ਜੀ। ਅੱਛਾ, ਹਾਂਜੀ। ਇਹ ਕਿਹੜੇ ਪਿੰਡ ਦੀ ਹੈ ਮਸ਼ੀਨ? ਇਹ ਬਰਾਲੀ ਬਡਾਲੀ ਦੀ। ਅੱਛਾ, ਕਿੰਨੇ ਕਿੱਲੇ ਵੱਢਦੇ ਨੇ ਸ਼ਾਮ ਤੱਕ? ਦੇਖੋ ਜੀ, ਅਜੇ ਤਾਂ ਕੰਮ ਚੱਲਿਆ ਵਾ, ਅਜੇ 10 ਕਿੱਲੇ ਵੱਢਦੀ ਆ ਸ਼ਾਮ ਤੱਕ। ਹਾਂਜੀ। ਕਿੰਨੇ ਕੁ ਵਜੇ ਤੱਕ ਚੱਲੀ ਜਾਂਦੀ? ਹਾਂਜੀ, ਕਿੰਨੇ ਕੁ ਵਜੇ ਤੱਕ ਚਲਾਈ ਜਾਂਦੇ ਸ਼ਾਮ ਤੱਕ? ਸ਼ਾਮ ਤੱਕ ਮਹਾਂ ਚੱਲਦੀ 8 ਵਜੇ ਤੱਕ। ਅੱਛਾ, ਹਾਂਜੀ, ਠੀਕ ਹੈ। ਲਓ ਜੀ ਬਾਈ ਜੀ, ਵੱਢੇ ਗਏ ਆਪਣੇ 6 ਕਿੱਲੇ, 8.5 ਚਲਾਈ ਤੀ ਜੀ, 10.25 ਹੋਏ ਆ, 6 ਕਿੱਲੇ ਵੱਢੇ ਗਏ। ਬਸ ਲੱਗੇ ਹਾਂ ਜੀ ਟੈਂਕ ਖਾਲੀ ਕਰਨ, ਲਾਸਟ ਟੈਂਕ ਤਾਂ ਆ। ਇਹਦੇ 'ਚ ਪਹਿਲਾਂ ਇੱਕ ਟੈਂਕ ਪਵਾਇਆ ਤਾਂ ਬੀਜ ਵਾਸਤੇ, ਆ ਪੱਲਰ ਪਾ ਕੇ ਉੱਪਰ ਇੱਕ ਟੈਂਕ ਹੋਰ ਪਵਾ ਲੈਣਾ ਦੂਏ ਬੀਜ ਦਾ। ਇੱਕ ਟਰਾਲਾ ਆਪਣਾ ਦੂਆ ਥੋੜ੍ਹਾ ਜਿਹਾ ਆਉਣਾ, ਉਹ ਵੀ ਭਰ ਗਿਆ ਜੀ 6 ਕਿੱਲੇ 'ਤੇ। ਸੋਹਣਾ ਲੱਗਦਾ ਝਾੜ, ਚਲੋ ਦੇਖਦੇ, ਬਾਕੀ ਮੰਡੀ 'ਚ ਤੁਰੇ 'ਤੇ ਪਤਾ ਲੱਗੂਗਾ ਜੀ। ਅੱਗੇ ਵਾਲਾ ਕੰਮ ਤਾਂ ਨਹੀਂ ਹੈਗਾ ਜੀ, ਯਾਨੀ ਕਿ ਐਟ ਕੀ, ਚਲੋ ਬਾਕੀ ਜੋ ਮਹਾਰਾਜ ਨੂੰ। ਠੀਕ ਹੈ ਜੀ, ਆ ਗਿਆ ਜੀ ਲਾਸਟ ਟੈਂਕ ਗਿਆ ਖਾਲੀ ਹੁਣ। ਬਾਈ ਜੀ 6 ਕਿੱਲੇ 'ਤੇ ਆਪਣੇ, 1.5 ਕਿੱਲੇ ਦੀ ਹੈ ਟਰਾਲੀ 'ਚ ਪਾ ਲਈ, 4.5 ਕਿੱਲਿਆਂ ਦੀ ਪਰਲੇ ਟਰਾਲੇ 'ਚ ਹੈ, ਉਹ ਵੀ ਤੁਹਾਨੂੰ ਦਿਖਾ ਦਿੰਦੇ ਕਿੰਨੀ ਕੁ ਲਾ ਲਿਓ ਅੰਦਾਜ਼ਾ। ਆਓ ਜੀ ਹੁਣ ਦੂਏ ਟਰਾਲੇ 'ਚ ਵੀ ਦਿਖਾਉਂਦੇ ਤੁਹਾਨੂੰ ਕਿੰਨੀ ਕੁ ਹੈ ਸਾਰੇ ਵੀ ਪਤੇ। ਲਓ ਜੀ ਠੀਕ ਹੈ ਜੀ, ਚਲੋ ਸਾਡਾ ਬਲੌਗ ਇੱਥੇ ਤੱਕ ਤਾਂ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।